ਗੰਦੀ ਸਮੈਲ ਥੋੜੀ ਸਮੈਲ ਹੈ ਐਲੋ ਵੀਰਾ ਵਾਲਾ ਵਾ ਓ ਮਾਈ ਗੋਡ ਚਾਂਦੀ ਦੀ ਪਰਤ ਚੜਾ ਦੇਣੀ ਗੱਡੀ ਨੂੰ ਚਾਂਦੀ ਦੀ ਤੇ ਆਪਦੇ ਦਿਨ ਕਿਹੜਾ ਕੇ ਲਏ ਆ ਆ ਜੀ ਤਾਂ 20 ਵਾਰਾਂ ਦੀ ਲਵਾਰਦਾ ਜੇ ਹੋਵੇ ਤਾਂ ਜਾਂ ਮੰਦ ਨਹੀਂ ਮੇਰੇ ਤਾਂ ਮਾਰ सत श्री अकाल जी की हाल चाल है ठीक ठाक होवे गुड मॉर्निंग टाइम हो गया 6:30 मतलब कि तुहानू पता ही है मैं तड़के उठदा दसण दी लोड़ थोड़ी गुड मॉर्निंग हरजीत कौर जारी की पाले दी कुड़ी पिछे आ रहा गुड मॉर्निंग गुड आफ्टरनून गुड इवनिंग तेरे खड़े हो गए 8:30 हो गए उत्तों तेरा दस तू 2 घंटे पहले ही चलदा रहना जिधर किधर 2 घंटे पहले ही चलदा दसना जरूरी सी उन्होंने पता नहीं अज्ज किधर चलना वा हुण चंडीगढ़ नु की करन नहीं आ तेरे फैशन पेटियां बाहों की शर्ट ते मार के उत्तों जैकट कोरे दे विच तैनूं इह अद्धे अद्धे पाउणे आउंदे ते गर्मियां च तैनूं पूरे पाउणे आउंदे गड्डी चीर चली शुरू करी जाऊगा मैनूं जुकाम हो गया मम्मी मेरा सिर दुखी जदा फिर सारा दिन जुल्ले च नहीं उठना बंद हो गया छज दा बोले छाननी भी बोले अच्छा छज मम्मी आ ते तू की तू बोल के ता वे छज ऊची मम्मी ऊची ऊची सारी ਕੁੜੀਆਂ ਤੇ ਲਿਆਓ ਫਿਰ ਲੋਸ਼ਨ ਲਿਆਓ ਲਿਆਓ ਲੋਸ਼ਨ ਲਾ ਲੈਂਦੇ ਆ ਕਿ ਲਿਆਓ ਫਿਰ ਲੋਸ਼ਨ ਬਣ ਥਣ ਕੇ ਤੁਰ ਪੈਂਦਾ ਅੰਜ ਆਓ ਵੇ ਗੱਡੀ ਸਟਾਰਟ ਵੀ ਕਰੀ ਬੈਠਾ ਨੌਜਵਾਨ ਸੋ ਅਸੀਂ ਅੱਜ ਚੱਲੇ ਆ ਚੰਡੀਗੜ੍ਹ ਗੱਡੀ ਦੀ ਕੁੜੀਆਂ ਤੇ ਮਤਲਬ ਚਾਂਦੀ ਦੀ ਜੋੜੀ ਕਰਨਗੇ ਜੋੜੀ ਕਰਨ ਜੋੜੀ ਕਰਨਗੇ ਇਹ ਤੇ ਚਾਂਦੀ ਦੀ ਪਰਤ ਚੜਾ ਲਿਓਣੀ ਚਾਂਦੀ ਦੀ ਪਰਤ ਜਿਹਦੇ ਨਾਲ ਇਹ ਚਮਕਦੀ ਰਿਆ ਕਰੂ ਕੋਈ ਧੋਣ ਦੀ ਲੋੜ ਨਹੀਂ ਆਪਦੇ ਤੇ ਵੀ ਚੜਾ ਲਿਆ ਮੰਮੀ ਮੇਰੇ ਤੇ ਕਿਉਂ ਨਹੀਂ ਗਿਆ ਰੰਗ ਤਾਂ ਰੱਬ ਦੀ ਦੇਣ ਤੈਨੂੰ ਤੂੰ ਗੱਡੀ ਕੋਲ ਚਲਾਉਂਦਾ ਮੈਲਾ ਮੋਟਾ ਓਏ ਭਰਾਵਾ ਤੂੰ ਉਤਰਿਆ ਤੇਰੇ ਤੇ ਸਾਨੂੰ ਜਗੀਰ ਹੀ ਆਣੀ ਅਸੀਂ ਜਲਦੀ ਮੋੜ ਆਉਣਾ ਟੈਨਸ਼ਨ ਲਾ ਲਿਆ ਕਰ ਅਸੀਂ ਆ ਜਾਣਾ ਜਲਦੀ ਮੋੜ ਆਉਣਾ ਜਲਦੀ ਮੋੜ ਆਉਣਾ ਇੱਥੇ ਤੂੰ ਆ ਵੈਰ ਲੋਸ਼ਨ ਲਾਲਾ ਬੜਾ ਆ ਓਹੋ ਮੈਂ ਦਿਖਾ ਦਈਏ ਮੈਂ ਕਹਾ ਫੜੀ ਮੜਾ ਫੋਨ ਇਦਾਂ ਹੀ ਆ ਆਪਣੇ ਕੋਲੇ ਆ ਕਿਹੜਾ ਲੋਸ਼ਨ ਹੈ ਕੁੜੀਆਂ ਵਾਲਾ ਲੋਟਸ ਦਾ ਕੁੜੀਆਂ ਵਾਲਾ ਨਹੀਂ ਕੁੜੀਆਂ ਵਾਲਾ ਇਹ ਸਾਰੇ ਲਾ ਸਕਦੇ ਆ ਇਹ ਜ਼ਰੂਰੀ ਨਹੀਂ ਹੁੰਦਾ ਕੁੜੀਆਂ ਨੇ ਲਾਉਣਾ ਗੰਦੀ ਸਮੈਲ ਥੋੜੀ ਸਮੈਲ ਹੈ ਐਲੋ ਵੀਰਾ ਵਾਲਾ ਵਾ ਓ ਮਾਈ ਗੋਡ ਤੁਸੀਂ ਸੁਜੈਸਟ ਕਰ ਸਕਦੇ ਗੁੱਗੂ ਉਹ ਲਾਇਆ ਕਰ ਆ ਪੋਲ ਵਾਲਿਆ ਕਰਨਾ ਭੇਜ ਦਿਓ ਅੱਜ ਉਹ ਹਰਨ ਪਤਾ ਕੌਣ ਬੰਦਾ ਮਾਰਨ ਦਿਆ ਸਨੋਵਰ ਬਾਹਾਂ ਤੇ ਲਾਈਦਾ ਨਾ ਹਾਂ ਬਾਹਾਂ ਤੇ ਹੀ ਆ ਨੌਜਵਾਨ ਚੋਬਰ ਬਲਕਰਨ ਸਿੰਘ ਹਾਜ਼ਰ ਹੋ ਕੁੜੀਆਂ ਤੇ ਲਾ ਆਪਦੀ ਘਰ ਵਾਲੀ ਨੂੰ ਛੱਡ ਗਏ ਬਾਹਰ ਹੈ ਕੁੜੀਆਂ ਤੇ ਲਾ ਅੱਛਾ ਕਿੱਥੇ ਗਿਆ ਮੈਂ ਤੈਨੂੰ ਗੱਡੀ ਕਿੱਲੇ ਫੜਾਦੀ ਐਵੇਂ ਠੋਕ ਦੂਰੇ ਦੇ ਟੰਬਿਆਂ ਚ ਮੰਮੀ ਉਤਾਰ ਥੱਲੇ ਸਟਾਰਟ ਹੋ ਗਈ ਠੀਕ ਹੈ ਠੀਕ ਆ ਗੱਡੀ ਕਿੰਨੇ ਬਾਹਰ ਕੱਢੀ ਸਨੋਵਰ ਨੇ ਯਕੀਨ ਹੈਗਾ ਤੈਨੂੰ ਉੱਤੇ ਮੈਂ ਯਕੀਨ ਭੋਰਾ ਵੀ ਨਹੀਂ ਸੀ ਮੈਂ ਤਾਂ ਕਹਿਆ ਉੱਥੇ ਕਮਰੇ ਚ ਜਾ ਕੇ ਮਾਰ ਦੇਣੀ ਉਹਨੂੰ ਸਨੋਵਰ ਆ ਪਤਾ ਨਹੀਂ ਕਿੰਨੇ ਦਿੱਤੀ ਇੰਨਾ ਬੇੜਾ ਘਰਕੜਾ ਸਨੋਵਰ ਦਾ ਆਪ ਝੂਠ ਮਾਰਦਾ ਮੈਨੂੰ ਮਾਤਾ ਨੇ ਫੜਾਈ ਮਾਤਾ ਨੇ ਫੜਾਈ ਮਾਤਾ ਨੇ ਕਿੱਧਰੋਂ ਫੜਾਈ ਮਾਤਾ ਨੂੰ ਤਾਂ ਯਕੀਨ ਹੈ ਹੀ ਨਹੀਂ ਵੀ ਗੱਡੀ ਚਲਾ ਲੂਗਾ ਉਹ ਨਾ ਕਰੇ ਜਾ ਕੇ ਬੈਠਾ ਗੁਰਕਿਰਤ ਕਰੇ ਉਹ ਉਧਰ ਜਾ ਕੇ ਬਹਿ ਗਿਆ ਵਾ ਜਦੋਂ ਤੁਰਨਾ ਹੁੰਦਾ ਉਦੋਂ ਇਹਨਾਂ ਦੇ ਖੇ ਖਾਣ ਹੁੰਦੇ ਆ ਤੇ 6 ਵਜੇ ਦਾ ਰੌਲਾ ਪਾਇਆ ਜਾਣਾ 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 ਭੜਕਦੇ ਫਿਰਦੇ ਆਏ ਤੇ ਭੜਕਦੇ ਫਿਰਦੇ ਆ ਉਹਨੂੰ ਚਾਂਦੀ ਦੀ ਪਰਤ ਚੜਾ ਦੇਣੀ ਗੱਡੀ ਨੂੰ ਚਾਂਦੀ ਦੀ ਤੇ ਆਪਦੇ ਤੇ ਚੜਾ ਕੇ ਲਿਆ ਆ ਤੇ ਕਿ ਮੈਨੂੰ ਕੀ ਪਾ ਪੜਾ ਜੋ ਮਰਜ਼ੀ ਚੜਾਈ ਜਾ ਨਾ ਮੈਨੂੰ ਪਤਾ ਲੱਗੇੜਾ ਕੁਛ ਮੈਨੂੰ ਸਵਾਈ ਦੀ ਪੈਸੇ ਦੇ ਜਾ ਮੈਂ ਸੂਟਾਂ ਦੀ ਸਵਾਈ ਦੇ ਕੇ ਆਉਣੀ ਆ ਮੰਮੀ ਦੇ ਸੂਟ ਪੜੇ ਪਏ ਕਿਹਦੇ ਵੇ ਲੈ ਕੇ ਆਉਣੀ ਸ਼ੁਰੂ ਤੇ ਨਹੀਂ ਤਾਂ ਚਾਂਦੀ ਦੀ ਪਰਤ ਕਾਦੇ ਲਈ ਚੜਨੀ ਆ ਫਿਰ ਜੇ ਤੂੰ ਨੰਗ ਆ ਤੇ ਉਹ ਨੰਗ ਨੰਗ ਮੇਰੇ ਨਾਲ ਇੱਕ ਹੋਰ ਨੰਗ ਮੇਰਾ ਯਾਰ ਨੰਗ ਤੇਰੇ ਚਾਹ ਚ ਮਿਲ ਗਈ ਸੀ ਅੱਜ ਬਾਪ ਨੰਗ ਤੀਜੇ ਨੰਗ ਨਾਨਕੇ ਬੰਦਾ ਘਰੇ ਆ ਚਾਹ ਪੁੱਛ ਲਈ ਦੀ ਆਪ ਲਿਆ ਕੇ ਪੀਣੀ ਚਾਹ ਬੜਾ ਤੇਰੀ ਨਿਗੀ ਆ ਬੈ ਲੱਪਾ ਨਹੀਂ ਆਪ ਦਾ ਕੱਪ ਭਰ ਕੇ ਆ ਗਿਆ ਨਹੀਂ ਉਹਨੂੰ ਕਿੰਨੇ ਪੜਾਉਣੀ ਸੀਗੀ ਤੂੰ ਪੀ ਲਾ ਹੋਣੀ ਚਾਹੀਦੀ ਤੇਰੀ ਇੱਕ ਹੋਰ ਕੱਪ ਲਿਆ ਦੇ ਚਾਹ ਦਾ ਹਰਮਨ ਚਾਹ ਲਿਆ ਦੇ गोवा सुट सुट नौ फसा कई होया नौ का हाल ब्लैक करके तो वेखो हां ब्लैक करके वेखो हां ब्लैक परला ही लेट करा जो करला ही करा ਫੇਵਰ ਲੋਨ ਖਾਓ ਲੈ 2 ਮਹੀਨੇ ਲੋਨ ਹੀ ਲਈ 2 ਮਹੀਨੇ ਹੋ ਗਏ ਨੇ ਲੋਨ ਹੀ ਲਈ ਉਹ ਗਾਇ ਨਹੀਂ ਹੁੰਦਾ ਚੜ ਗਿਆ ਉਹ
ਤੂੰ ਹੀ ਚੂਹਾ ਲਾ ਛੇ ਫੁੱਟ ਰੱਖ ਪੁਰ ਨੌਜਵਾਨ ਨਹਾ ਕੇ ਆਇਆ ਸੋਹਣਾ ਸੋਹਣਾ ਸੁਨੱਖਾ ਨਾ ਵੇ ਵਿਚਾਰੇ ਨੇ ਨਾ ਮਸਾ ਮਸਾ ਨਵੀਂ ਲਈ ਆ ਇਹਦੀ ਸਿੱਕਰੀ ਵੇਖੀ ਮਗਰਲਾ 200 ਰੱਖ ਲਾ ਖੜ ਜੋ ਮੈਂ ਵੇਖੀ ਚੱਲੋ ਕਿਵੇਂ ਕੀ ਵਾਰ ਦਿਲ ਵਾਰਦਾ ਜੋ ਹੋਵੇ ਰਜਾਮੰਦ ਨੀ ਚਲੋ ਮੁੰਡੇ ਤੁਰ ਗੱਡੀ 2000 ਫੜਾ ਚਾਹੇ ਕਹਿੰਦਾ ਕੋਟ ਪਾੜ ਜਾਣਾ ਤੂੰ ਪਰਾ ਹੋਇਆ ਤੂੰ ਨਾ ਨੇੜੇ ਆ ਗੱਡੀ ਦੇ ਪਰਾ ਹੋਇਆ ਇੱਥੋਂ ਆ ਜਾਣਾ ਨੇੜੇ ਐਵੇਂ ਲਓ ਜੀ ਹੁਣ ਦੀ ਕੰਡੀਸ਼ਨ ਵੇਖ ਲਓ ਸਾਡੀ ਗੱਡੀ ਦੀ ਤੇ ਇਹਦੀ ਵੇਖ ਲਓ ਹੁਣ ਦੀ ਕੰਡੀਸ਼ਨ ਇਹਦੇ ਕਰਾਉਣੀ ਡੈਂਟਿੰਗ ਪੇਂਟਿੰਗ ਅੱਜ ਔਰ ਮੇਰੇ ਠੀਕ ਠਾਕ ਮੇਰੇ ਤੁਸੀਂ ਭਰਤੀ ਦਾ ਵੀ ਕੰਮ ਕਰਦੇ ਆ ਮਾੜਾ ਲੋ ਵੀ ਕਮਰ ਕੱਸੇ ਕੱਸ ਲਿਆ ਵੀਰ ਜੀ ਉਹਨਾਂ ਨੇ ਬੰਦੂਕਾਂ ਬਦਾ ਘਰ ਅੜੀ ਕਰ ਲਈਆਂ ਆ ਲੋਸ਼ਨ ਲੂਸ਼ਨ ਲਾ ਲਏ ਆ ਹੁਣ ਤਿਆਰੀ ਆ ਸਰਦਾਰਾਂ ਦੀ ਕਹਿੰਦੇ ਮੇਰੇ ਵੀਰੋ ਚੜ੍ਹਨ ਲੱਗੇ ਕਹਿੰਦੇ ਰਾਸ਼ਨ ਪਾਣੀ ਲੈ ਕੇ ਗੱਡੀ ਦੇ ਅਤੇ ਵਿੱਚ ਹੀ ਸੁਭਾਸ਼ ਹੋਣਾ ਨੇ ਫੋਨ ਲਾ ਲਿਆ ਵਾ ਸਾਡੇ ਮੋਗੇ ਵਾਲੇ ਵੀਰ ਸਟੱਡੀ ਸਟਾਫ ਵਾਲੇ ਤਬਾ ਤਬਾ ਚੱਕੋ ਉੱਧਰ ਵਿਖਾਓ ਜਾ ਕੇ ਇਹ ਆ ਹੁਣ ਲੱਗੀ ਜੇ ਵੱਡੀ ਤਬਾਹੀ ਵੱਡੀ ਤਬਾਹੀ ਕਰਨ ਲੱਗੇ ਜੇ ਹੁਣ ਭਾਊ ਇਹ ਆ ਇੱਥੇ ਰੱਖ ਇਹਨੂੰ ਕਹਿੰਦੇ ਹੱਥ ਕਰਾਉਣੀ ਆਪਣੇ ਵਾਲੀ ਗੱਡੀ 'ਤੇ ਇਹਨਾਂ ਨੇ ਪਤਾ ਨਹੀਂ ਲੱਗਦਾ ਕਾਲੀ ਗੱਡੀ 'ਤੇ ਕਈ ਵਾਰੀ ਆਹ ਸਕਰੈਚ ਹੋਣ ਹੀ ਸਾਨੂੰ ਪਤਾ ਲੱਗਾ ਜਦੋਂ ਆਹ ਲਾਈਟ ਜੀ 'ਤੇ ਪਈ ਆ ਅਤੇ ਵੀ ਨਿੱਕੇ ਨਿੱਕੇ ਡੀਪ ਸਕਰੈਚ ਬਹੁਤ ਜ਼ਿਆਦਾ ਆ ਇੱਥੇ ਇਹ ਸਾਰੇ ਭਾਅ ਜੀ ਹੋਣੀ ਕਹਿੰਦੇ ਸਲਾਹ ਕਰਾ ਦੇਣੇ ਐਂਡ ਲਾ ਦੇਣੇ ਐਂਡ ਦੇਖਦੇ ਵੀ ਪਏ ਹੋਣੇ ਤੁਹਾਨੂੰ ਡੀਪ ਸਕਰੈਚ ਪਈ ਨਿੱਕੇ ਨਿੱਕੇ ਜੇ ਇਹ ਕੱਪੜਾ ਨਾ ਜਦੋਂ ਕਈ ਵਾਰੀ ਆਪਾਂ ਟਾਇਰਾਂ ਵਾਲਾ ਕੱਪੜਾ ਜਦੋਂ ਇੱਥੇ ਮਾਰ ਲੈਣੇ ਉੱਪਰ ਉਦੋਂ ਪੈ ਹੀ ਜਾਂਦੇ ਨੋਰਮਲ ਬਾਈ ਇਹਦਾ ਹੀ ਹੱਲ ਕਰਾਉਣਾ ਆਪਾਂ ਹੋ ਜੂਗਾ ਨਿਸ਼ਾ ਜੀ ਐਂਡ ਕਰਾ ਦਿਓਗੇ ਬਸ ਲਾਲਾ ਲਾਲਾ ਕਰਾ ਦਿਓ ਭਾਅ ਜੀ ਬਸ ਠੀਕ ਹੈ ਜੀ ਤੈਨੂੰ ਬੁਲਾਇਆ ਅਤੇ ਇੱਕ ਕੋਡ ਹੋ ਚੁੱਕਿਆ ਇਹਦੇ ਹੱਥ ਨਹੀਂ ਲਾਉਣੇ ਦੇਖੋ ਪਰੇ ਕਰ ਲਓ ਵੀਰ ਜੀ ਕਿਹੜਾ ਕੋਡ ਕਰਤਾ ਇੱਥੇ ਆਪਾਂ ਲੈ ਹਲੇ ਕਟਿੰਗ ਹੋ ਰਹੀ ਥੋੜੀ ਜਿਹੀ ਨਾ ਜਿਹੜੇ ਸਕ੍ਰੈਚਸ ਦੀ ਉਹ ਰਿਮੂਵ ਕਰ ਰਹੇ ਆਪਾਂ ਹਲੇ ਅੱਛਾ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਗੱਡੀ ਦਾ ਗਲੋਸ ਮੇਨਟੇਨ ਕਰਾਂਗੇ ਓਕੇ ਕੋਡਿੰਗ ਅਪਲਾਈ ਹੋ ਜਾਏਗੀ ਓਕੇ ਹੁਣ ਸਟੈਪ ਚੱਲ ਰਿਹਾ ਹਲੇ ਫਸਟ ਸਟੈਪ ਚੱਲ ਰਿਹਾ ਹਲੇ ਫਸਟ ਸਟੈਪ ਚੱਲ ਰਿਹਾ ਵਾ ਹੱਥ ਨਹੀਂ ਲਾਉਣਾ ਨਾਲ ਗੱਡੀ ਨੂੰ ਨਾ ਹੱਥ ਨਹੀਂ ਲਾਉਣਾ ਬਾਈ ਨੇ ਕਿਹਾ ਨਾ ਛੱਡ ਦੇ ਛੱਡ ਦੇ ਛੱਡ ਦੇ ਸਾਰੀ ਦਿਹਾੜੀ ਔਖਾ ਇਹਦਾ ਕੰਮ ਬਾਈ ਕੀ ਰੱਖਿਆ ਫੋਨ 'ਚ ਲੱਗਾ ਰਹਿੰਦਾ ਮੇਰੇ ਕੀ ਚੀਜ਼ ਆ ਇੰਨਾ ਵੀ ਨਹੀਂ ਫੋਨ ਬੰਦੇ ਨੇ ਚਲਾਉਣਾ ਚਾਹੀਦਾ ਲੈ ਵੀ ਸੁਨੋਵਰਾ ਕਰਾ ਦੀ ਫਿਰ ਧੰਨ ਧੰਨ ਕਰਾ ਦੀ ਜੱਟਾਂ ਨੇ ਬਸ ਮੂੰਹ ਵੇਹ ਵਿੱਚ ਦੀਂਦਾ ਵਾਕੇ ਸੁਨੋਵਰਾ
लो जी फाइनल कोटिंग इहदी तैयार हो गई आ ते सिरा कराता वा भाई होणा ने फिर एंड लाती गल बाद तुम गड्डी ये वेखो भी हूँ गड्डी की जी शाइन है ब्लैक गड्डी का आपको तुम दिखाया कि स्क्रैच बहुत ज्यादा पै जाते वो जे अगे तुम मैं स्क्रैच दिखाई हूँ बहुत घट्ट दिखन लग पे हो कोई जे डीप स्क्रैच से माड़े मोटे दिखते हैं पर नहीं तो जिन्हें तकरीबन वो वेखो अगे भी तुम्हें विखाई सारे स्क्रैच ही खत्म कर दिए भाई उन्होंने तकरीबन कि नहीं कोई डीप स्क्रैच ही रह गए माड़े मोटे बाकी नहीं तो ए टू जैड खत्म करते तो वेख लो तो गड्डी की लुक क्यों एंड गलबात हो गई कि नहीं तो हूँ जी मेन चीज जे जिमें आप भी फायदा करना क्योंकि तुम व्यूअर अपने तो हूँ तुम्हें भी दस दें आप शाह को लै चलीए थोनों सत श्रीकाल वीर जी सत हाँ जी तो लो भी सिरा का तुम वह किराए दिता गड्डी का तो एवें जो सिरा जनता ने भी करवाना वे आपकी गड्डिया तो कितने पहुँचना डिटेलिंग क्रू मोहाली प्लॉट नंबर 160A हाँ जी तो इंडस्ट्रियल एरिया तो जे किसी ने भाजी जिम्मे हूँ गड्डी अपॉइंटमेंट लेनी हो नंबर 9518481818 ओके जी तो लो भी देख सकते हैं तो शाह जी बाकी हो अपना डिटेलिंग ए डीकोडिंग के नाल नाल होर की काम है अपना नंबर देता बाकी शाह जी अपने इंस्टा हैंडल दसो ਡਿਟੇਲਿੰਗ ਕਰੂ ਇੰਸਟਾਗ੍ਰਾਮ ਜਿੱਥੇ ਆਪਾਂ ਕਰਦੇ ਆ ਕੋਟਿੰਗ ਵਗੈਰਾ ਅੱਛਾ ਜੀ ਤੇ ਅਪਗ੍ਰੇਡ ਵਗੈਰਾ ਲਾਈਟਾਂ ਦਾ ਵੈਸੇ ਕਰਦੇ ਆ ਕਾਰ ਆਟੋਮੋਟਿਵ ਦੇ ਕਾਰ ਆਟੋਮੋਟਿਵ ਤੇ ਲਓ ਵੀ ਤੁਹਾਨੂੰ ਦੱਸਤੇ ਇੰਸਟਾ ਆਈਡੀ ਇਹਨਾਂ ਦੀ ਬਾਈ ਉਹਨਾਂ ਦੇ ਨੰਬਰ ਦੱਸਤੇ ਐਡਰੈਸ ਦੱਸਤੇ ਤੇ ਮੇਰੇ ਵੀਰ ਜਿਨੇ ਕਰਾਉਣਾ ਸਿਰਾ ਗੱਡੀ ਦਾ ਆਹ ਵਾਲਾ ਕਿ ਜਦੋਂ ਵੀ ਉੱਠੀਏ ਸਵੇਰੇ ਮੂੰਹ ਦਿਖੇ ਗੱਡੀ ਦੇ ਵਿੱਚੋਂ ਤੇ ਬਸ ਪਹੁੰਚ ਜਾਓ ਇੱਥੇ ਮੇਰੇ ਵੀਰੋ ਹਾਂ ਤੇ ਮੇਰਾ ਵੀਰ ਹੁਣ ਅੱਜ ਤੋਂ ਬਾਅਦ ਵਾਲ ਤੋਂ ਗੱਡੀ ਵੇਖ ਕੇ ਸੈੱਟ ਕਰਿਆ ਕਰਨੇ ਆ ਠੀਕ ਹੈ ਨਾ ਦੋਵੇਂ ਜਣੇ ਲੜੀ ਜਾਂਦੇ ਬੈਠੇ ਉਹ ਬੋਲੀ ਜਾਂਦੇ ਸਰਦਾਰ ਸਾਹਿਬ ਨੇ ਪੈਸੇ ਲਾਤੇ ਆ ਗੱਡੀ 'ਤੇ ਮਾਤਾ ਜੀ ਗਾਲ 'ਤੇ ਗਾਲ ਓ ਮਾਈ ਗਾਡ ਮੰਮੀ ਵੇ ਸੋਹਣੀ ਬਣ ਗਈ ਗੱਡੀ ਵੇ ਸਿਰਾ ਲੱਗਦੀ ਪਈ ਗੱਡੀ ਵੇ ਕਾਲੀ ਕਾਲੀ ਲੱਗਣ ਦੀ ਵੇ ਗੱਡੀ ਨਹੀਂ ਕੀ ਕੁੜੀਆਂ ਵੋਟੀ ਬਣ ਗਈ ਤੇ ਕੀ ਬਣ ਗਈ ਏ ਗੱਡੀ ਕਾਲੀ ਨਹੀਂ ਲੱਗਣ ਦੀ ਤੈਨੂੰ ਫੁੱਲ ਕਿੱਥੋਂ ਕਾਲੀ ਲੱਗਣ ਦੀ ਏ ਮੈਨੂੰ ਤਾਂ ਉਹੋ ਜੀ ਦੀ ਉਹੋ ਜੀ ਲੱਗਦੀ ਸ਼ਾਈਨ ਨਹੀਂ ਮਾਰਦੀ ਪਈ ਚਮਕਦੀ ਚਾਰ ਦਿਨ ਸ਼ੌਂਕ ਦੇ ਉਹੀ ਕੁੱਤੇ ਭੌਂਕਦੇ ਭੌਂਕੇ ਹੋਣੀ ਕਮਾਲ ਹੋਈ ਪਈ ਆ ਕਿਤੇ ਬਸ ਤੂੰ ਜਿਹੜੇ ਦੰਦ ਨੀ ਨਾ ਲਵਾਉਂਦੀ ਪਈ ਜਾਣ ਕੇ ਮੇਰੇ ਪੀੜ ਹੁੰਦੀ ਆ ਪੀੜ ਹੁੰਦੀ ਆ ਆਹੋ ਮੈਂ ਚੱਲ ਜਾਣਾ ਤੁਸੀਂ ਮੈਨੂੰ ਤਰਸਿਆ ਮੇਰੇ ਬਗੈਰ ਗੁਜ਼ਾਰਾ ਵੀ ਨੀ ਹੋਣਾ ਪੁੱਤ ਤੇਰਾ ਗੁੱਗੂ ਆ ਜਾ ਮੁੜਿਆ ਵਤਨਾ ਤੋਂ ਵਾਪਸ ਤੂੰ ਤਰਸਣਾ ਮਾਂ ਕਿੱਧਰ ਗਈ ਮੈਂ ਉਹ ਗੜ ਲਾ ਕਰਨਾ ਹੁਣ ਨਹੀਂ ਮੁੜਦੇ ਜਦ ਤੱਕ ਕਰਜ਼ੇ ਲਾਏ ਦੀ ਜਦ ਨਹੀਂ ਮੁੜਦੇ ਯਾਰ ਨਹੀਂ ਮੇਰੀ ਮੰਮੀ ਏ ਬਸ ਇਦਾਂ ਦੀਆਂ ਗੱਲਾਂ ਹੋਣੀਆਂ ਆ ਸੇਫਟੀ ਹੈਗੀ ਇੱਕ ਤਾਂ ਗੱਡੀ ਡਰਾਈ ਹੋਣ ਤੋਂ ਬਚ ਜਾਂਦੀ ਆ ਅਤੇ ਸ਼ਾਈਨ ਉੱਦਾਂ ਰਹਿੰਦੀ ਗਲੋਸੀ ਲੁੱਕ ਜਿੱਦਾਂ ਉਵੇਂ ਰਹੂਗੀ ਇਹਦੀ ਸੇਫਟੀ ਆ 3 ਸਾਲ ਵਾਲੀ ਕਰਾਇਓ ਮੈਂ ਤਾਂ ਕਹਿੰਦਾ ਆ ਜੇ ਮੂੰਹ ਧੋਲ ਗਏ ਤਾਂ ਉਹ ਵੀ ਸ਼ਕਲ ਉਹ ਜੀ ਦੀ ਉਹ ਜੀ ਰਹਿੰਦੀ ਆ ਅਤੇ ਜੇ ਸਾਬਣ ਨਾ ਧੋਲੋ ਤਾਂ ਤਾਂ ਵੀ ਉਹ ਜੀ ਦੀ ਉਹ ਜੀ ਰਹਿੰਦੀ ਆ ਸ਼ਕਲ ਤਾਂ ਉਹੀ ਰਹਿਣੀ ਜਿਹੜੀ ਹੈਗੀ
ਜਲੰਧਰ ਦੀ ਧਰਤੀ ਤੇ ਓਕੇ।